ਅਊਜ਼ ਬਿੱਲਾਹਿ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਮਦਰ ਨਾਜ਼ਰੀਨ, ਅੱਜ ਦੀ ਵੀਡੀਓ ਦੇ ਅੰਦਰ ਅਸੀਂ ਤਿਲ ਦੀ ਰਸ ਚੂਸਣ ਵਾਲੇ ਕੀੜਿਆਂ ਦੇ ਉੱਤੇ ਗੱਲ ਕਰਾਂਗੇ। ਸਾਡੇ ਨਾਲ ਇਸ ਵਕਤ ਜ਼ਿਮੀਂਦਾਰ ਭਰਾ ਮੌਜੂਦ ਨੇ, ਕਿ ਤਿਲੀ ਦੇ ਅੰਦਰ ਜਿਹੜੇ ਮਸਲੇ ਆ ਰਹੇ ਨੇ ਉਹਦਾ ਮੁਤਬਾਦਲ ਹੱਲ ਕੀ ਹੈ। ਔਰ ਜ਼ਿਮੀਂਦਾਰਾਂ ਦੀ ਵਜ੍ਹਾ ਤੋਂ ਕਾਫੀ ਹੱਦ ਤੱਕ ਪਰੇਸ਼ਾਨ ਸੀ, ਅਸੀਂ ਦੋਸਤਾਂ ਤੱਕ ਇਹ ਮਸ਼ਵਰਾ ਦੇਣਾ ਜ਼ਰੂਰੀ ਸਮਝਿਆ ਕਿ ਦੋਸਤ ਇਸ ਤੋਂ ਫਾਇਦਾ ਉਠਾਵਣ ਔਰ ਆਪਣੀ ਤਿਲ ਦੀ ਫਸਲ ਦੀ ਅੱਛੀ ਕੇਅਰ ਕਰਕੇ ਜ਼ਿਆਦਾ ਪੈਦਾਵਾਰ ਹਾਸਲ ਕਰ ਸਕਣ। ਜੀ ਦੋਸਤੋ, ਕਿ ਇਸ ਵਕਤ ਦੇ ਵਿੱਚ ਤਿਲ ਦੇ ਅੰਦਰ ਜਿਹੜਾ ਮਸਲਾ ਬੜਾ ਚੱਲ ਰਿਹਾ ਉਹ ਰਸ ਚੂਸਣ ਵਾਲੇ ਕੀੜਿਆਂ ਦਾ, ਜਿਹਦੇ ਵਿੱਚ ਸਬਸਤੇਲਾ, ਏਫਡ, ਜੇਸਡ, ਮੈਰਟ ਬੱਗ ਇਹ ਬਹੁਤ ਜ਼ਿਆਦਾ ਮਸਲਾ ਬਣਾਈ ਖੜੇ ਨੇ। ਠੀਕ ਹੈ, ਜਿਹੜੇ ਕਿ ਅਸੀਂ ਤਿਲ ਦੇ ਅੰਦਰ ਤੁਹਾਨੂੰ ਦਿਖਾਉਣੇ ਵੀ ਹਾਂ। ਔਰ ਚਾਚਾ ਸਾਡੇ ਨਾਲ ਇਸ ਵਕਤ ਮੌਜੂਦ ਹੈ, ਉਹਨਾਂ ਦਾ ਪਲਾਟ ਹੈ। ਵਾਲੇਕੁਮ ਸਲਾਮ ਭਾਈ ਸਾਹਿਬ। ਇਹ ਪੱਤਰ ਕਿਹੜੇ ਨੇ? ਇਹ ਗੁੱਟੇ ਗੁੱਟੇ ਨੇ, ਇਹਦੇ ਤੇ ਤੇਲਾ ਹਮਲਾ ਕਰਦਾ ਹੈਗਾ। ਠੀਕ ਹੈ, ਇਸ ਵਜ੍ਹਾ ਤੋਂ ਸਾਡੀ ਗਰੋਥ ਨਹੀਂ ਕਰ ਰਿਹਾ ਤੇ ਫੁੱਲ ਵੀ ਜ਼ਾਇਆ ਹੋ ਰਹੇ ਨੇ ਗਰਮੀ ਦੀ ਵਜ੍ਹਾ। ਜੀ ਨਾਜ਼ਰੀਨ, ਤੁਸੀਂ ਦੇਖ ਸਕਦੇ ਇਸ ਦੇ ਉੱਤੇ ਤੇਲੇ ਦਾ ਵੀ ਅਟੈਕ ਹੈ ਔਰ ਮੈਰਟ ਬੱਗ ਵੀ ਜਿਹੜਾ ਨਾ ਦੌੜਦਾ ਨਜ਼ਰ ਆ ਰਿਹਾ ਹੈ। ਆ ਵੇਖੋ ਨਾ, ਤਨੇ ਵਾਲਾ ਪੱਤਰ ਸਾਫ਼ ਹੈ ਤੇ ਬਿਹਤਰੀਨ ਹੈਗਾ। ਤੇ ਇਹ ਦੇਖੋ ਗੁੱਟਾ, ਇਹਨੇ ਪਾਣ ਪੱਤੇ ਦੀ ਤਰ੍ਹਾਂ ਹੋਣਾ ਸੀ, ਇਹ ਗੁੱਟਾ ਹੈ, ਇਹਦੇ ਤੇ ਤੇਲੇ ਦਾ ਅਸਰ ਹੈ। ਜ਼ਿਆਦਾ ਕਿ ਸਾਡਾ ਕਿਹੜੀ ਗਰੋਥ ਵੀ ਰੁਕੀ ਖੜੀ ਫਸਲ ਦੀ, ਤੇ ਉਹਦੇ ਤੋਂ ਬਾਅਦ ਸਾਡਾ ਫਲ ਵੀ ਜ਼ਾਇਆ ਹੋ ਰਿਹਾ ਗਰਮੀ ਦੀ ਵਜ੍ਹਾ ਤੋਂ। ਗਰਮੀ ਹੈਗੀ, ਤੇਲਾ ਰਸ ਚੂਸ ਜਾਂਦਾ, ਉਹਦੀ ਵਜ੍ਹਾ ਤੋਂ ਸਾਡਾ ਫਸਲ ਸਾਰਾ ਉਹਦਾ ਕਮਜ਼ੋਰ ਹੋ ਜਾਂਦਾ, ਕਮਜ਼ੋਰ ਹੋ ਰਿਹਾ। ਤੋਂ ਚਾਚਾ, ਇਹਦੇ ਵਿੱਚ ਬਿਹਤਰੀਨ ਜਿਹੜਾ ਇਸ ਵਕਤ ਦੇ ਵਿੱਚ ਮਾਰਕੀਟ ਦੇ ਅੰਦਰ ਹੱਲ ਹੈਗਾ ਨਾ ਜੀ, ਉਹ ਮੈਂ ਤੁਹਾਨੂੰ 3-4 ਦਵਾਈਆਂ ਦੱਸ ਰਹਾ ਜੀ, ਤੁਸੀਂ ਕੋਈ ਵੀ ਲੈਤ ਕਰਾਓ ਜੀ, ਲੇਕਿਨ ਕੋਸ਼ਿਸ਼ ਕਰੋ ਕਿ ਹਫ਼ਤੇ ਦੇ ਵਿੱਚ ਇੱਕ ਵਾਰੀ ਸਪਰੇਅ ਲਾਜ਼ਮੀ ਕਰ ਦਿਓ। ਠੀਕ ਹੈ ਜੀ। ਮਾਰਕੀਟ ਦੇ ਵਿੱਚ ਇਸ ਵਕਤ ਦੇ ਵਿੱਚ ਕਲੋਥਾਇਡਿਨ ਜ਼ਹਿਰ ਮੌਜੂਦ ਹੈ, ਜਿਹੜਾ ਕਿ ਇਹ ਮੈਰਟ ਬੱਗ ਨੂੰ ਵੀ ਕਵਰ ਕਰੇਗਾ ਔਰ ਏਫਡ ਤੇ ਜੇਸਡ ਤੇਲੇ ਨੂੰ ਵੀ ਕਵਰ ਕਰੇਗਾ। ਜਿੰਨੀ ਕੁ ਵਿੱਚ ਮੱਛਰੀ ਉੱਡਦੀ ਵਾਈਟ ਫਲਾਈ ਹੈ ਉਹਨੂੰ ਵੀ ਕਾਫੀ ਹੱਦ ਤੱਕ ਬਿਹਤਰ ਕਰ ਦੇਗਾ। ਠੀਕ ਹੈ। ਔਰ ਨਾਜ਼ਰੀਨ, ਉਹਦੇ ਵਿੱਚ ਤੁਸੀਂ ਜ਼ਹਿਰਾਂ ਨੋਟ ਕਰ ਲਓ, ਤੁਸੀਂ ਵੀ ਸੁਣ ਲਓ। ਕਲੋਥਾਇਡਿਨ 200 ml ਜੀ, ਇੱਕ ਟੈਂਕੀ ਫੀ ਏਕੜ, ਫੀ ਏਕੜ। ਠੀਕ ਹੈ। ਜਾਂ ਬਾਈਫੈਂਥ੍ਰੀਨ 250 ml ਜੀ, ਕਲੋਰਪੈਰੀਫਾਸ 250 ml, ਅਮੀਡਾ ਕਲੋਪਰ 250 ml। ਠੀਕ ਹੈ। ਔਰ ਇਹਦੇ ਚ ਇੰਨੀ ਦਵਾਈ ਹੋਣੀ, ਇੰਨੀ ਟੈਂਕੀ ਮਕਦਾਰ ਲਾਣੀ ਹੈ ਭਾਈ ਸਾਹਿਬ? ਭਾਈ ਸਾਹਿਬ, ਜਿਹੜੀ ਅਗਰ ਤੁਸੀਂ ਕਲੋਥਾਇਡਿਨ ਲੈਂਦੇ ਜੇ ਤੇ ਉਹ ਪਾਣੀ 50 ml ਟੈਂਕੀ ਹੈ ਜੀ, ਕਿੱਲੇ ਨੂੰ 200 ml, 200 ml ਇੱਕ ਕਿੱਲੇ ਵਾਸਤੇ 4 ਟੈਂਕੀਆਂ ਦੇ ਅੰਦਰ ਸਪਰੇਅ ਕਰਨਾ, 50 ml ਫੀ ਟੈਂਕੀ, ਫੀ ਟੈਂਕੀ ਪਾ ਕੇ। ਟੈਂਕੀ ਛੋਟੀ ਹੋਣੀ ਚਾਹੀਦੀ, ਬੜੀ ਹੋਣੀ ਚਾਹੀਦੀ? ਸਾਡੀ 20 ਤੋਂ 25 ਕਿਲੋ ਵਾਲੀ ਹੁੰਦੀ, ਇੱਕ 25 ਕਿਲੋ ਵਾਲੀ, 20 ਤੋਂ 25 ml ਵਾਲੀ ਟੈਂਕੀ ਹੋਵੇ, 20 ਤੋਂ 25 ਲੀਟਰ ਵਾਲੀ ਜੀ। ਠੀਕ ਹੈ। ਉਸ ਦੇ ਵਿੱਚ ਤੁਸੀਂ 50 ml ਫੀ ਟੈਂਕੀ ਦਵਾਈ ਪਾਣੀ। ਠੀਕ ਹੈ ਜੀ। ਅਗਰ ਕਲੋਥਾਇਡਿਨ ਮਿਲ ਜਾਂਦਾ, ਅਗਰ ਕਲੋਥਾਇਡਿਨ ਤੁਹਾਡੇ ਕੋਲ ਨਹੀਂ ਹੈ, ਬਾਈਫੈਂਥ੍ਰੀਨ ਲੈਂਦੇ ਜੇ, ਫਿਰ 60 ml ਫੀ ਟੈਂਕੀ 250 ml ਕਿੱਲੇ ਨੂੰ। ਠੀਕ ਹੈ। ਇਸੇ ਤਰ੍ਹਾਂ ਹੀ ਬਾਈਫੈਂਥ੍ਰੀਨ 250 ml ਕਿੱਲੇ ਨੂੰ 60 ml ਟੈਂਕੀ ਹੈ। ਠੀਕ ਹੈ। ਅਗਰ ਉਹ ਵੀ ਨਹੀਂ ਮਿਲਦਾ ਫਿਰ ਤੁਸੀਂ ਸੈਪਰਮੈਥ੍ਰੀਨ ਲੈ ਲੈਣੇ। ਨਹੀਂ, ਸਾਨੂੰ ਟਾਈਮ ਹੀ ਦੱਸਿਆ ਜਾਣਗਾ ਅਸੀਂ ਕਿਹੜੇ ਟਾਈਮ ਤੇ ਸਪਰੇਅ ਕਰਨਾ। ਹਾਂ, ਟਾਈਮ ਜਿਹੜਾ ਨਾਜ਼ਰੀਨ ਹੈ ਇਹਦੇ ਵਿੱਚ ਬਿਹਤਰੀਨ ਨਹੀਂ ਆਂਦਾ, ਰਿਜ਼ਲਟ ਨਹੀਂ ਆਂਦਾ। ਬਾਅਦ ਵਿੱਚ ਕਹਿੰਦੇ ਤੁਸੀਂ ਗਰਮੀ ਚ ਕਰ ਦਿੱਤਾ, ਇਹਨੂੰ ਠੰਡ ਚ ਕਰਨਾ ਸੀ। ਜੀ ਬਿਲਕੁਲ, ਠੰਡ ਚ ਕਰ ਦਿੱਤਾ, ਉਹ ਜੀ ਆਦਾ ਨਾਸ਼ਤਾ ਤਿਆਰ ਕਰਕੇ ਖਾ ਗਏ ਨਾ ਤੁਸੀਂ, ਸਰਦੀ ਗਰਮੀ ਚ ਕਰਨਾ ਸੀ। ਬਿਹਤਰੀਨ ਬਿਹਤਰੀਨ ਤੁਹਾਡਾ ਸਵਾਲ ਹੈ, ਬਿਹਤਰੀਨ ਤੁਹਾਡਾ ਸਵਾਲ ਹੈ। ਟਾਈਮ ਵੀ ਨਾਜ਼ਰੀਨ ਤੁਸੀਂ ਮੱਦੇ ਨਜ਼ਰ ਰੱਖਿਆ ਕਰੋ, ਉਹਦੇ ਵਿੱਚ ਸਵੇਰ 7 ਵਜੇ ਤੋਂ ਪਹਿਲੇ ਸਪਰੇਅ ਕਰਵਾਓ ਜਾਂ ਸ਼ਾਮ 7 ਵਜੇ ਤੋਂ ਬਾਅਦ ਕਰਾਓ, ਬਿਹਤਰ ਹੈ। ਹਨੇਰਾ ਹੋ ਜਾਂਦਾ ਸ਼ਾਮ। ਭਾਈ ਸਾਹਿਬ, ਅਗਰ ਅਸੀਂ ਟੈਂਪਰੇਚਰ ਲੋ, ਹੁਣ ਮਿਸਾਲ ਦੇ ਤੌਰ ਤੇ ਇਸ ਟਾਈਮ ਤਕਰੀਬਨ 4 ਵਜੇ ਦਾ ਟਾਈਮ ਹੈ, ਬਲਕਿ 5 ਵੱਜ ਚੁੱਕੇ ਨੇ ਗਲਬਨ। ਠੀਕ ਹੈ। 5 ਵਜੇ ਤੁਸੀਂ ਸਪਰੇਅ ਕਰਵਾ ਸਕਦੇ ਜੀ। ਠੀਕ ਹੈ, ਠੰਡੇ ਟਾਈਮ ਦੇ ਅੰਦਰ ਸਪਰੇਅ ਕਰਨਾ। ਬੜੀ ਹਵਾ ਦੀ
ਰਫਤਾਰ ਹੁੰਦੀ ਹੈ, ਸਪਰੇ ਕਰ ਦਿੰਦੇ ਨੇ, ਇਹਨਾਂ ਦੀ ਮੁਸ਼ਕਤ ਵੀ ਹੁੰਦੀ, ਇਹਨਾਂ ਦੀ ਪੈਸਾ ਵੀ ਖਰਚ ਹੁੰਦਾ, ਬਾਅਦ ਵਿੱਚ ਰਿਜ਼ਲਟ ਨਹੀਂ ਆਉਂਦਾ। ਤੇ ਕਈ ਬੰਦੇ ਕਹਿੰਦੇ ਕਿਹੜੀ ਹੈਗੀ ਹਵਾ ਦੇ ਜ਼ਰੀਏ ਤੋਂ ਸਪਰੇ ਨਹੀਂ ਕਰਨਾ ਚਾਹੀਦਾ। ਬਿਲਕੁਲ, ਹਵਾ ਦੇ ਮੁਖਾਲਫ ਸਪਰੇ ਨਹੀਂ ਕਰਨਾ ਚਾਹੀਦਾ। ਅਗਰ ਹਵਾ ਤੇਜ਼ ਹੋਵੇ ਤੇ ਫਿਰ ਅਸੀਂ ਸਪਰੇ ਨਹੀਂ ਕਰਾਂਗੇ। ਸਪਰੇ ਕਰਦਿਆਂ ਵਕਤ ਵੀ ਅਸੀਂ ਖਾਸ ਖਿਆਲ ਰੱਖਾਂਗੇ ਕਿ ਨਿਊਜ਼ਲ ਜਿਹੜੀ ਹੈ ਨਾ ਉਹ ਧੂੰਦਾਰ ਨਿਊਜ਼ਲ ਹੋਵੇ, ਕਿਉਂਕਿ ਜਦੋਂ ਵੀ ਰਸ ਚੂਸਣ ਵਾਲੇ ਕੀੜਿਆਂ ਨੂੰ ਸਪਰੇ ਕਰਨਾ ਹੈ, ਉਹਦੇ ਵਿੱਚ ਤੁਹਾਡਾ ਧੂੰ ਜਿੰਨਾ ਅੱਛਾ ਜ਼ਿਆਦਾ ਹੋਵੇਗਾ ਉਹਨਾਂ ਬਿਹਤਰ ਰਿਜ਼ਲਟ ਆਏਗਾ। ਠੀਕ ਹੈ, ਤੁਸੀਂ ਬਹੁਤ ਅੱਛਾ ਸਵਾਲ ਕੀਤਾ ਸੀ। ਕਈ ਸਾਨੂੰ ਕਹਿੰਦੇ ਨੇ ਕਿ ਇਸ ਤਰੀਕੇ ਕਰਨਾ ਚਾਹੀਦਾ, ਕਈ ਕਹਿੰਦੇ ਨੇ ਸਿੱਧੀ ਨਿਊਜ਼ਲ ਰੱਖ ਕੇ ਚੱਲਦੇ। ਭਾਈ ਸਾਹਿਬ, ਇਹਦੇ ਸਿੱਧਾ ਨਿਊਜ਼ਲ ਦਾ ਤੁਹਾਨੂੰ ਟੈਨਸ਼ਨ ਕੋਈ ਨਹੀਂ, ਕਿਉਂਕਿ ਜੜੀ ਬੂਟੀ ਦਾ ਸਪਰੇਅ ਕਰਦੇ ਵਕਤ ਅਸੀਂ ਕੋਸ਼ਿਸ਼ ਕਰੀਗੀ ਕਿ ਸਿੱਧਾ ਸਪਰੇਅ ਜਾਵੇ। ਠੀਕ ਹੈ, ਜਿਸ ਟਾਈਮ ਰਸ ਚੂਸਣ ਵਾਲੇ ਕੀੜਿਆਂ ਦਾ ਜਾਂ ਪੱਤੇ ਨੂੰ ਖਾਣ ਵਾਲੀ ਸੁੰਡੀ ਦਾ ਸਪਰੇਅ ਕੀਤਾ ਜਾਂਦਾ, ਉਸ ਵਕਤ ਤੁਸੀਂ ਇਹ ਦੋਹਰਾ ਤਰੀਕਾ ਜਿਹੜਾ ਨਾ ਇਸਤੇਮਾਲ ਕਰ ਸਕਦੇ ਜੀ, ਕੋਈ ਇਸ਼ੂ ਨਹੀਂ ਆਉਂਦੇ ਜੀ। ਬਿਲਕੁਲ, ਤੁਸੀਂ ਜਦੋਂ ਵੀ ਦਵਾਈ ਪਰਚੇਜ਼ ਕਰੋ ਝਟਕੇ ਬੰਦੇ ਜਿਹੜੀ ਸਾਨੂੰ ਦਵਾਈ ਦਿੰਦੇ ਸੀ ਲਿਆਦ ਕਰਦੇ ਸੀ ਫਸਲ ਦੀ ਤਬਾਹੀ ਲਾ। ਸਾਹਿਬ, ਜਦੋਂ ਵੀ ਤੁਸੀਂ ਕਿਸੇ ਤੋਂ ਵੀ ਦਵਾਈ ਲੈਣੀ ਹੈ ਜੀ, ਉਹਦੇ ਵਿੱਚ ਕੋਸ਼ਿਸ਼ ਕਰਨੀ ਕਿ ਉਹਦੇ ਕੋਲ ਪੱਕਾ ਬਿੱਲ ਬਣਵਾਓ ਜੀ। ਠੀਕ ਹੈ, ਔਰ ਉਹਦੇ ਪੈਡ ਦੇ ਉਹਦੀ ਮੋਹਰ ਲਵਾਓ ਜੀ। ਠੀਕ ਹੈ, ਤਾਂ ਕਿ ਕੱਲ ਨੂੰ ਅਗਰ ਉਹ ਦਵਾਈ ਕੋਈ ਗਲਤ ਦਾ ਸਾਨੂੰ ਦਿੰਦਾ ਹੈ ਤੇ ਉਸ ਦਾ ਜ਼ਿੰਮੇਦਾਰ ਹੋਵੇ। ਥੱਲੇ ਲੇਬਲ ਤੇ ਲਿਖਿਆ ਸੀ ਜ਼ਿੰਮੇਦਾਰ, ਅਸੀਂ ਨਹੀਂ ਹੈਗੇ ਯਾਦ। ਫਿਰ ਹਾਜੀ ਸਾਹਿਬ, ਜ਼ਿੰਮੇਦਾਰ ਸਾਨੂੰ ਤੁਸੀਂ ਕੰਪਨੀਆਂ ਪੜ੍ਹਨੇ ਪਾ ਦੇਣੀਆਂ ਨੇ, ਥੱਲੇ ਲਿਖਣ ਕੇ ਇਸ ਕੇ ਜ਼ਿੰਮੇਦਾਰ ਨੁਕਸਾਨ ਕਿ ਅਸੀਂ ਨਹੀਂ ਹੈਗੇ। ਹਾਂ ਬਿਲਕੁਲ, ਅਗਰ ਦਵਾਈ ਤੁਹਾਡੀ ਐਕਸਪਾਇਰ ਨਹੀਂ ਹੈਗੀ ਤਾਂ, ਅਗਰ ਦਵਾਈ ਐਕਸਪਾਇਰ ਹੈ ਉਸਦਾ ਦੁਕਾਨਦਾਰ ਜ਼ਿੰਮੇਦਾਰ ਹੁੰਦਾ ਹੈ ਔਰ ਉਸਦਾ ਮਹਿਕਮਾ ਪੂਰੀ ਕਾਰਵਾਈ ਕਰਦਾ ਜੀ। ਹੋਰ ਕੋਈ ਸਵਾਲ ਤੁਹਾਡਾ? ਹੋਰ ਸਵਾਲ ਇਹ ਹੋਈ ਕਿ ਸਾਡੀ ਫਸਲ ਗਰੋਥ ਨਹੀਂ ਕਰ ਰਹੀ, ਇਹਦੇ ਵਾਸਤੇ ਕੋਈ ਹਾਂ ਸਾਹਿਬ, ਗਰੋਥ ਵਾਸਤੇ ਮਾਰਕੀਟ ਦੇ ਅੰਦਰ ਤੁਹਾਨੂੰ ਇਸ ਵਕਤ ਜੀ, ਕਿਉਂਕਿ ਗਰਮੀ ਜ਼ਿਆਦਾ, ਤੁਹਾਡਾ ਸਵਾਲ ਪਹਿਲਾਂ ਹੀ ਸੀ ਕਿ ਗਰਮੀ ਜ਼ਿਆਦਾ ਹੋਣ ਦੇ ਕਾਰਨ। ਬਿਲਕੁਲ, ਆਹ ਦੇਖੋ ਇਹ ਗੁੱਟੇ ਗਏ ਨੇ, ਥੱਲੇ ਵਾਲੇ ਤਣੇ ਦਾ ਤੁਹਾਨੂੰ ਪੱਤਰ ਤੋੜ ਕੇ ਦਿਖਾ ਦਿੰਦਾ। ਆਹ ਦੇਖੋ ਕਿਤਨਾ ਚੈੜਾ ਤੇ ਲੰਬਾ ਤੇ ਹੈਗਾ, ਤੇ ਆਹ ਦੇਖੋ ਇਹ ਗੁੱਟਾ ਹੋਇਆ। ਬਿਲਕੁਲ ਬਿਲਕੁਲ ਬਿਲਕੁਲ, ਜਿੰਨਾ ਪਾਣ ਪੱਤੇ ਦੀ ਤਰ੍ਹਾਂ ਹੋਵੇ ਤਾਂ ਥੱਲੇ ਵਾਲੀ ਸਾਈਡ ਦੀ ਤਰ੍ਹਾਂ ਉਵੇਂ ਸਾਡਾ ਗਰੋਥ ਜ਼ਿਆਦਾ ਹੋਣੀ ਹੈ। ਬਿਲਕੁਲ ਆਈ ਸਾਹਿਬ, ਤੁਹਾਡੇ ਹੁਣ ਸਵਾਲ ਜਿਹੜੇ ਨੇ ਉਹ ਜ਼ਿਆਦਾ ਫਰਿਸ਼ ਸੀ ਤੇ ਬੜੀ ਮਿਹਰਬਾਨੀ, ਤੁਸੀਂ ਬਹੁਤ ਅੱਛੇ ਸਵਾਲ ਕੀਤੇ। ਔਰ ਅਗਰ ਤੁਹਾਡਾ ਗਰਮੀ ਦੀ ਵਜ੍ਹਾ ਤੋਂ ਇਹ ਸੂਰਤ ਹਾਲ ਬਣ ਰਹੀ ਹੈ, ਇਹਦੇ ਵਿੱਚ ਮਾਰਕੀਟ ਦੇ ਵਿੱਚੋਂ ਬਾਇਓ ਸਟੂਮਲੈਂਟ ਤੁਸੀਂ ਦਵਾਈ ਲੈਣੀ ਹੈ। ਠੀਕ ਹੈ, 500 ਐਮ ਐਲ ਫੀ ਏਕੜ ਦੇ ਹਿਸਾਬ ਨਾਲ ਤੁਸੀਂ ਸਪਰੇ ਕਰਵਾ ਦੇਣਾ, ਇਨਸ਼ਾਅੱਲਾ ਬਿਹਤਰੀਨ ਕੰਟਰੋਲ ਰਹੇਗਾ। ਤੋ ਨਾਜ਼ਰੀਨ, ਅਸੀਂ ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ 'ਚ, ਤਦ ਤੱਕ ਦਿਓ ਸਾਨੂੰ ਇਜਾਜ਼ਤ, ਅੱਲਾ ਹਾਫਿਜ਼।